ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਵਿੱਚ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਗਲਤ ਸ਼ਬਦਾਵਲੀ ਬੋਲਣ ਦੇ ਆਰੋਪ ਮਾਮਲੇ ਵਿੱਚ ਜਾਂਚ ਕਰਨ ਨੂੰ ਲੈ ਕੇ ਪੰਜਾਬ ਐਸਸੀ ਕਮਿਸ਼ਨ ਨੇ 3 ਮੈਂਬਰੀ ਕਮੇਟੀ ਦਾ ਗਠਨ ਕਰਤਾ ਹੈ। ਨਾਲ ਹੀ ਕਮਿਸ਼ਨ ਨੇ ਵਿਧਾਨ ਸਭਾ ਦੇ ਸੈਕਟਰੀ ਨੂੰ ਵਿਧਾਨ ਸਭਾ ਪ੍ਰੋਸੀਡਿੰਗ ਦੀ ਵੀਡੀਓ ਰਿਕਾਰਡਿੰਗ ਸਮੇਤ ਵਿਸਥਾਰ ਸਮੇਤ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਨੇ। 6 ਜੁਲਾਈ ਨੂੰ ਇਸ ਮਾਮਲੇ ਵਿੱਚ ਹੋਣ ਵਾਲੀ ਸੁਣਵਾਈ ਦੌਰਾਨ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ। ਸਾਡੇ ਕੋਲ ਪਿੱਛੇ ਵਿਧਾਇਕ ਪਵਨ ਟੀਨੂ ਅਤੇ ਉਹਨਾਂ ਦੇ ਨਾਲ ਹੋਰ ਐੱਮ ਐੱਲ ਏ ਸਾਹਿਬਾਨ ਕਮਿਸ਼ਨ 'ਚ ਪੇਸ਼ ਹੋਏ ਸੀ ਅਤੇ ਉਹਨਾਂ ਦੱਸਿਆ ਸੀ ਵੀ ਮੈਂ ਸ਼ਡਿਊਲ ਕਾਸਟ ਹਾਂ ਅਤੇ ਮੈਂ ਵਿਧਾਨ ਸਭਾ 'ਚ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮੰਤਰੀ ਸਾਹਿਬ ਨੂੰ ਮੈਂ ਇੱਕ ਸਵਾਲ ਪੁੱਛਿਆ ਅਤੇ ਉਹਨਾਂ ਨੇ ਮੈਨੂੰ ਬਹੁਤ ਗਲਤ ਟਿੱਪਣੀ ਕੀਤੀ ਅਤੇ ਵੀ ਮੈਂ ਸ਼ਡਿਊਲ ਕਾਸਟ ਹਾਂ ਅਤੇ ਉਹਨਾਂ ਨੇ ਮੈਨੂੰ ਸ਼ਡਿਊਲ ਕਾਸਟ ਹੋਣ ਦੇ ਕਾਰਨ ਮਜ਼ਾਕ ਉਡਾਇਆ ਮੇਰਾ। ਇਸ ਸੰਬੰਧ ਵਿੱਚ ਅਸੀਂ 3 ਮੈਂਬਰੀ ਕਮੇਟੀ ਗਠਿਤ ਕੀਤੀ ਕਮਿਸ਼ਨ ਵੱਲੋਂ ਅਤੇ ਉਹਨਾਂ ਨੂੰ ਕਿਹਾ ਸੀ ਵੀ ਇਹਦੀ ਪੜਤਾਲ ਕਰਕੇ ਸਾਨੂੰ ਰਿਪੋਰਟ ਦਿੱਤੀ ਜਾਵੇ ਕਿਉਂਕਿ ਇਹ ਡਿਊਟੀ ਦਾ ਐਂਟਰ ਆਉਣ ਦੇ ਕਾਰਨ ਨੈਸ਼ਨਲ ਕਮਿਸ਼ਨ ਨੂੰ ਜਾਂ ਸੈਂਟਰਲ ਗਵਰਨਮੈਂਟ ਨੂੰ ਅਸੀਂ ਲਿਖਾਂਗੇ ਵੀ ਇਹਦੇ 'ਤੇ ਕਾਰਵਾਈ ਕਰੋ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਦੁਆਰਾ ਲੋਕਾਂ ਨੂੰ ਸ਼ਨਾਖਤੀ ਕਾਰਡ ਬਣਾਉਣ ਤੇ ਉਸ ਨਾਲ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਹਰਿਆਣਾ ਸਰਕਾਰ ਲਈ ਇੱਕ ਟੋਲ ਫ੍ਰੀ ਨੰਬਰ 1950 ਸ਼ੁਰੂ ਕੀਤਾ ਗਿਆ ਜਿਸ ਦਾ ਸ਼ੁਭਾਰੰਭ ਮੁੱਖ ਚੋਣ ਅਧਿਕਾਰੀ ਅੰਕੁਰ ਗੁਪਤਾ ਨੇ ਕੀਤਾ। ਉਹਨਾਂ ਦੱਸਿਆ ਕਿ ਇਸ ਸੈਂਟਰ ਰਾਹੀਂ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਲੋਕ ਕੋਈ ਵੀ ਜਾਣਕਾਰੀ ਸੁਝਾਅ ਜਾਂ ਸ਼ਿਕਾਇਤ ਦਰਜ ਕਰਾ ਸਕਦੇ ਨੇ।